ਆਲੀਸ਼ਾਨ ਪੈਲਸ ਦੇ ਬਾਹਰ ਹੋਇਆ ਇਹ ਇਕੱਠ ਵਿਆਹ ਦੀ ਖੁਸ਼ੀ ਦਾ ਨਹੀਂ ਬਲਕਿ ਪਰੇਸ਼ਾਨੀ ਦੇ ਵਿੱਚ ਹੈ, ਕਿਉਂਕਿ ਇੱਥੇ ਐਨਆਰਏ ਪਰਿਵਾਰ ਦੇ ਵਿਆਹ ਦੇ ਵਿੱਚ ਚੋਰ ਵਾੜਾ ਹੈ ਤੇ ਸ਼ਗਨਾ ਵਾਲਾ ਪਰਸ ਚੋਰੀ ਕਰਕੇ ਰਫੂ ਚੱਕਰ ਹੋ ਗਏ। ਚੋਰਾਂ ਨੂੰ ਲੱਭਣ ਲਈ ਹੀ ਇਸ ਸਾਰੇ ਪੈਲਸ ਦੇ ਵਿੱਚ ਭਾਜੜਾਂ ਪੈ ਗਈਆਂ, ਪਰ ਚੋਰ ਹੱਥ ਨਹੀਂ ਆਏ। ਦਰਅਸਲ ਇਸ ਪੈਲਸ ਦੇ ਵਿੱਚ ਇੱਕ ਐਨਆਰਏ ਕੁੜੀ ਦਾ ਵਿਆਹ ਚੱਲ ਰਿਹਾ ਸੀ। ਵਿਆਹ ਦੀਆਂ ਰਸਮਾਂ ਵਿਚਾਲੇ ਹੀ ਜਦੋਂ ਸ਼ਗਨ ਪਾਉਣ ਲੱਗੇ ਤਾਂ ਦੇਖਿਆ ਪਰਸ ਗਾਇਬ ਹੈ। ਫਿਰ ਪਤਾ ਲੱਗਿਆ ਕਿ ਪਰਸ ਪੂਰੇ ਪੈਲਸ ਦੇ ਵਿੱਚ ਹੀ ਨਹੀਂ ਹੈ। ਜਦੋਂ ਪਰਿਵਾਰ ਨੂੰ ਇਹ ਅੰਦਾਜ਼ਾ ਹੋਇਆ ਕਿ ਪਰਸ ਚੋਰੀ ਹੋ ਗਿਆ ਹੈ ਤਾਂ ਉਹਨਾਂ ਨੇ ਪੈਲਸ ਦੇ ਮੈਨੇਜਰ ਨਾਲ ਗੱਲ ਕੀਤੀ, ਜਿਨ੍ਹਾਂ ਨੇ ਸਾਫ ਹੀ ਪੱਲਾ ਝਾੜ ਦਿੱਤਾ ਇਹ ਕਹਿ ਕੇ ਕਿ ਸਮਾਨ ਦੀ ਜ਼ਿੰਮੇਵਾਰੀ ਉਹਨਾਂ ਦੀ ਨਹੀਂ ਹੈ। ਪੈਲਸ 'ਚ ਲੱਗੇ CCTV ਕੈਮਰੇ ਵੀ ਕੰਮ ਨਹੀਂ ਕਰ ਰਹੇ ਨੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਟੈਕਨੀਕਲ ਇਸ਼ੂ ਦੇ ਕਾਰਨ ਕੈਮਰੇ ਬੰਦ ਪਏ ਨੇ। ਪਰਿਵਾਰ ਦੇ ਵੱਲੋਂ ਇੱਥੇ ਪੈਲਸ ਦੇ ਕਰਿੰਦਿਆਂ 'ਤੇ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜੋ ਸ਼ਰਾਬ ਉਹ ਵਿਆਹ ਦੇ ਵਿੱਚ ਵਰਤਾ ਰਹੇ ਸਨ ਉਹਨਾਂ ਦੇ ਵਿੱਚੋਂ ਵੀ ਕੁਝ ਬੋਤਲਾਂ ਇਹਨਾਂ ਨੇ ਗਾਇਬ ਕੀਤੀਆਂ ਸਨ ਜੋ ਮਿਲ ਗਈਆਂ ਨੇ, ਤੇ ਹੁਣ ਪਰਸ ਚੋਰੀ ਵੀ ਇਹਨਾਂ ਵੱਲੋਂ ਹੀ ਕੀਤਾ ਗਿਆ ਹੈ। ਇਹ ਪੈਲਸ ਹੁਸ਼ਿਆਰਪੁਰ ਦੇ ਟਾਂਡਾ ਰੋਡ ਤੇ ਸਥਿਤ ਹੈ, ਜਿੱਥੇ ਅਮਰੀਕਾ ਤੋਂ ਆਈ ਇੱਕ ਐਨਆਰਆਈ ਕੁੜੀ ਦਾ ਵਿਆਹ ਚੱਲ ਰਿਹਾ ਸੀ ਤੇ ਵਿਆਹ ਦੇ ਵਿਚਾਲੇ ਜਦੋਂ ਰਸਮਾਂ ਹੋ ਰਹੀਆਂ ਸਨ ਤੇ ਇਸੇ ਦੌਰਾਨ ਚੋਰਾਂ ਨੇ ਫਾਇਦਾ ਚੁੱਕਿਆ ਤੇ ਉੱਥੋਂ ਪਰਸ ਲੈ ਕੇ ਫਰਾਰ ਹੋ ਗਏ। ਪਰਸ ਦੇ ਵਿੱਚ 12 ਲੱਖ ਰੁਪਏ ਕੈਸ਼ ਤੇ ਸੋਨੇ ਦੇ ਗਹਿਣੇ ਦੱਸੇ ਜਾ ਰਹੇ ਨੇ ਜੋ ਇਹ ਚੋਰ ਲੈ ਗਏ ਨੇ। ਹਾਲਾਂਕਿ ਇੱਥੇ ਐਨਆਰਏ ਪਰਿਵਾਰ ਦੇ ਵੱਲੋਂ ਨਿਰਾਸ਼ਾ ਵੀ ਜ਼ਾਹਰ ਕੀਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਭਾਰਤ ਵਿੱਚ ਆ ਕੇ ਆਪਣੀ ਕੁੜੀ ਦਾ ਵਿਆਹ ਕੀਤਾ ਗਿਆ ਹੈ, ਪਰ ਇੱਥੇ ਦੇ ਹਾਲਾਤ ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਉਹਨਾਂ ਨੇ ਵੱਡੇ ਸਵਾਲ ਚੁੱਕੇ ਨੇ। ਅਕਸਰ ਦੇਖਿਆ ਜਾਂਦਾ ਹੈ ਕਿ ਵਿਆਹ ਸਮਾਗਮਾਂ ਦੇ ਵਿੱਚ ਵੀ ਚੋਰ ਵੜ ਜਾਂਦੇ ਨੇ, ਕਿਉਂਕਿ ਪੈਲਸਾਂ ਦੇ ਵਿੱਚ ਰਸ਼ ਹੋਣ ਕਾਰਨ ਚੋਰਾਂ ਦਾ ਪਤਾ ਵੀ ਨਹੀਂ ਲੱਗਦਾ, ਜਿਸ ਕਰਕੇ ਅਕਸਰ ਹੀ ਕਿਹਾ ਜਾਂਦਾ ਹੈ ਕਿ ਸਾਵਧਾਨੀ ਵਰਤਣੀ ਚਾਹੀਦੀ ਹੈ। ਪੈਲਸ ਦੇ ਵਿੱਚ ਵੀ ਇਹ ਚੋਰ ਸ਼ਰੇਆਮ ਘੁੰਮਦੇ ਰਹਿੰਦੇ ਨੇ। ਹੁਣ ਐਨਆਰਏ ਪਰਿਵਾਰ ਦਾ ਵੀ ਪਰਸ ਚੋਰ ਲੈ ਗਏ ਨੇ, ਜੋ ਹਾਲੇ ਤੱਕ ਪੁਲਿਸ ਦੇ ਹੱਥ ਨਹੀਂ ਚੜੇ। ਪੁਲਿਸ ਦਾ ਕਹਿਣਾ ਆ ਕਿ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਲਦ ਹੀ ਚੋਰ ਵੀ ਫੜ ਲਏ ਜਾਣਗੇ। ਅੱਜ ਅਸੀਂ ਜਨਪਦ ਪੈਲਸ ਹਾਇਰ ਕੀਤਾ, ਮੇਰੀ ਸਾਲੀ ਦੀ ਬੇਟੀ ਦੀ ਮੈਰਿਜ ਸੀ, ਉਹ ਆਲਰੇਡੀ USA ਰਹਿੰਦੇ ਆ ਪਿਛਲੇ 9 ਸਾਲ ਤੋਂ, ਔਰ ਵਧੀਆ ਦੇਖ ਕੇ ਅਸੀਂ ਇਹਨਾਂ ਦਾ ਪੈਲਸ ਹਾਇਰ ਕੀਤਾ ਔਰ ਸਾਰਾ ਕੁਝ ਬੜਾ ਵਧੀਆ ਚੱਲਣ ਡਿਆ, ਔਰ ਸ਼ਗਨ ਪੈਣ ਦੇ ਟਾਈਮ ਸਾਲੀ ਮੇਰੀ ਨੇ ਉੱਥੇ ਪਰਸ ਰੱਖਿਆ ਆ ਔਰ ਸ਼ਗਨ ਪਾਉਣ ਉੱਪਰ ਗਏ ਆ, ਉਸ ਤੋਂ ਬਾਅਦ 'ਚ ਉੱਥੇ ਪਰਸ ਨਹੀਂ ਮਿਲਦਾ, ਸਹੀ ਹੈ ਜੀ। ਉਸ ਤੋਂ ਬਾਅਦ 'ਚ ਅਸੀਂ ਪਰਸ ਦੀ ਸਰਚ ਲਈ ਇਹਨਾਂ ਦੀ ਮੈਨੇਜਮੈਂਟ ਦੇ ਨਾਲ ਗੱਲ ਕੀਤੀ, ਉਹ ਕਹਿੰਦੇ ਨੇ ਸਾਡੀ ਇਸ ਗੱਲ ਦੇ ਵਿੱਚ ਕੋਈ ਰਿਸਪੋਂਸੀਬਿਲਟੀ ਨਹੀਂ। ਸੋ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਔਰ ਮਤਲਬ ਵੀ ਬਹੁਤ ਜ਼ਿਆਦਾ ਸਾਨੂੰ ਉਹਦੇ ਵਿੱਚ ਤਕਰੀਬਨ ਉਹ ਮੈਂ ਹੁਣ ਸਾਲੀ ਦੇ ਨਾਲ ਕਲੀਅਰ ਕਰਕੇ ਇਹਨਾਂ ਦਾ ਪਰਸ ਆ ਉਹ ਉਹਨਾਂ ਦੀ ਵੀ ਗੱਲਬਾਤ ਤੁਹਾਡੇ ਨਾਲ ਕਰਾਉਂਦਾ। ਆਈਫੋਨ ਵਗੈਰਾ ਵੀ ਵਿੱਚ, ਆਈਫੋਨ ਵੀ ਇੱਕ ਬਕਾਇਦਾ ਉਸਦੇ ਅੰਦਰ ਹੈ। ਕਿੱਦਾਂ ਦੇਖਦੇ ਹੋ ਕਿ ਆਪਾਂ ਇੰਨਾ ਖਰਚਾ ਕਰਦੇ ਹਾਂ ਫਿਰ ਵੀ ਜੋ ਵੀ ਇਹਨਾਂ ਦਾ ਡਿਪਾਰਟਮੈਂਟ ਕਹਿੰਦਾ ਕਿ ਸਾਡੀ ਕੋਈ, ਸਾਡੇ ਨਾਲ ਤਾਂ ਨਵੇਂ ਤੋਂ ਨਵਾਂ ਫਰਾਡ ਨਿਕਲਣ ਡਿਆ, ਹੁਣ ਇੱਕ ਡਰਿੰਕ ਦਾ ਵੀ ਸਕੈਂਡਲ ਅੰਦਰੋਂ ਨਿਕਲ ਡਿਆ ਔਲਰੇਡੀ ਚੱਲਦੇ ਫੰਕਸ਼ਨ ਦੇ ਵਿੱਚ। ਸਾਨੂੰ ਕਿਹਾ ਗਿਆ ਵੀ ਡਰਿੰਕ ਖਤਮ ਆ, ਅਸੀਂ ਫਿਰ ਕਿਸੇ ਤਰ੍ਹਾਂ ਅਰੇਂਜ ਕੀਤਾ ਡਰਿੰਕ ਦਾ ਔਰ ਹੁਣ ਇਹਨਾਂ ਦੇ ਪੈਲਸ ਦੇ ਅੰਦਰੋਂ ਕੋਈ ਤਕਰੀਬਨ 30-32 ਬੋਤਲ ਦੇ ਕਰੀਬ ਇਹਨਾਂ ਦੇ ਬੈਗਾਂ 'ਚੋਂ ਸਾਨੂੰ ਅੰਦਰੋਂ ਉਹ ਵੀ ਮਿਲਣ ਡਈ ਹੈ। CCTV ਵਗੈਰਾ ਲੱਗੇ ਨੇ ਇੱਥੇ? CCTV ਇਹਨਾਂ ਦਾ ਕੋਈ ਵੀ ਵਰਕਿੰਗ ਨਹੀਂ ਹੋ ਜੀ, ਉਹ ਕਹਿੰਦੇ ਇਹ ਸਾਡੀ ਕੋਈ ਰਿਸਪੋਂਸੀਬਿਲਟੀ ਨਹੀਂ। ਇਹਨਾਂ ਨੇ ਇੰਨੀ ਗੱਲ ਕਹਿ ਕੇ ਸਾਨੂੰ ਸੰਤੁਸ਼ਟ ਜਾਂ ਕਿੱਦਾਂ ਵੀ ਲਾ ਲਓ ਇੰਨੀ ਗੱਲ ਕਹਿ ਦਿੱਤੀ ਹੈ
ਉਹ ਖਰਾਬ ਹੋ ਗਿਆ, ਟੈਕਨੀਕਲੀ ਹੋ ਗਿਆ ਜਾਂ ਕਿੱਦਾਂ ਹੋ ਗਿਆ, ਅਸੀਂ ਬਹੁਤ ਜ਼ਿਆਦਾ ਹੁਸ਼ਿਆਰਪੁਰ ਤੋਂ ਅਰੋੜਾ ਕਲੋਨੀ ਤੋਂ ਪੁਲਿਸ ਆ ਰਹੀ ਹੈ, ਉਹ ਆਪਣੀ ਸਰਚ ਕਰ ਰਹੀ ਹੈ ਔਰ ਜਿੱਦਾਂ ਵੀ ਹੈ ਔਰ ਫੋਨ ਦੀ ਲੋਕੇਸ਼ਨ ਵੀ ਕੁਛ ਇੱਥੇ ਹੋਣ ਡਈ ਹੈ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ 30-32 ਦੇ ਕਰੀਬ ਬੋਤਲਾਂ ਵੀ ਇਹਨਾਂ ਕੋਲ ਹੀ ਮਿਲੀਆਂ ਇੱਥੋਂ, ਇਹ ਇਹ ਹਾਲ ਦੇ ਅੰਦਰ ਦੇ ਨਾਲ ਇੱਥੇ ਜੋ ਵੀ ਹੋ ਰਿਹਾ ਮੈਨੂੰ ਤਾਂ ਲੱਗਦਾ ਇਹ ਸਾਰੀ ਇਹਨਾਂ ਦੀ ਮਿਲੀ ਭੁਗਤ ਹੈ ਜੀ। ਠੀਕ ਹੈ ਸਰ, ਮੇਰਾ ਨਾਮ ਦਵਿੰਦਰ ਸਿੰਘ। ਕੀ ਗੱਲ ਹੋਈ ਹੈ ਜਿਹੜੇ ਤੁਹਾਡੇ ਪੈਲਸ ਵਿੱਚ, ਕੀ ਹੈ ਅੱਜ ਕੀ ਹੋਇਆ? ਜਦੋਂ ਨੋਰਮਲ ਚੱਲ ਰਿਹਾ ਸੀਗਾ ਸਾਰਾ ਕੁਛ, ਖਤਮ ਹੋਣ ਤੋਂ ਬਾਅਦ ਬੱਚਾ ਔਰ ਬੇਟੀ ਔਰ ਬੇਟਾ ਦੋਨੇ ਜਦੋਂ ਸਟੇਜ 'ਤੇ ਬੈਠੇ ਸੀਗੇ, ਸਭ ਤੋਂ ਪਹਿਲੇ ਮੈਂ ਅਤੇ ਮੇਰੀ ਵਾਈਫ ਦੋਨਾਂ ਨੇ ਜਾ ਕੇ ਉਹਨਾਂ ਨੂੰ ਸ਼ਗਨ ਪਾਉਣ ਲਈ ਜੋ ਜਾਣਾ ਸੀਗਾ, ਮੇਰੀ ਵਾਈਫ ਨੇ ਸ਼ਗਨ ਵਾਲਾ ਉਹਦੇ ਕੋਲ ਜਿਹੜੇ ਪੈਸਿਆਂ ਵਾਲਾ ਬੈਗ ਸੀਗਾ ਉੱਥੇ ਰੱਖਿਆ ਟੇਬਲ 'ਤੇ, ਅਤੇ ਫਿਰ ਉਹਦੇ ਵਿੱਚੋਂ ਪੈਸੇ ਕੱਢ ਕੇ ਮੈਨੂੰ ਦਿੱਤੇ ਅਤੇ ਖੋਦ ਲਏ। ਫਿਰ ਅਸੀਂ ਉੱਥੇ ਸ਼ਗਨ ਪਾ ਕੇ ਜਦੋਂ ਵਾਪਸ ਮੁੜੇ ਤਾਂ ਉੱਥੇ ਪਰਸ ਹੈ ਨਹੀਂ ਸੀਗਾ, ਅਤੇ ਵਾਈਫ ਕਹਿੰਦੀ ਮੇਰਾ ਪਰਸ ਕਿੱਥੇ ਗਿਆ, ਮੇਰਾ ਪਰਸ ਕਿੱਥੇ ਗਿਆ। ਮੈਂ ਉੱਥੇ ਜਿਹੜੇ ਬੰਦੇ ਜਿਹੜੇ ਪੈਲਸ ਵਾਲੇ ਸੀ ਉਹਨਾਂ ਨੂੰ ਕਿਹਾ ਉਹ ਮੈਨੇਜਰ ਨੂੰ ਸੱਦੋ, ਮੈਨੇਜਰ ਨੂੰ ਸੱਦੋ, ਕੋਈ ਕਿਸੇ ਨੇ ਨਹੀਂ ਸੱਦਿਆ। ਮੈਂ ਉੱਥੇ 5 ਮਿੰਟ ਵੇਟ ਕੀਤੀ, ਕਿਸੇ ਨੇ ਨਹੀਂ ਸੱਦਿਆ। ਉਸ ਤੋਂ ਬਾਅਦ ਮੈਂ 5-7 ਮਿੰਟ ਬਾਅਦ ਮੈਂ ਦੌੜ ਕੇ ਮੈਨੇਜਰ ਕੋਲ ਆਇਆ ਅਤੇ ਮੈਂ ਕਿਹਾ ਇੱਦਾਂ ਇੱਦਾਂ ਕਰਕੇ ਸਾਡੇ ਪੈਸੇ ਗੁੰਮ, ਉਹਦੇ ਵਿੱਚ ਸੋਨਾ ਸੀਗਾ, ਚਾਂਦ ਸਭ ਕੁਛ ਸੀਗਾ। ਉਹ ਕਹਿੰਦਾ ਅਸੀਂ ਤੁਹਾਡੇ ਪੈਸਿਆਂ ਦਾ ਬੈਗਾਂ ਦਾ ਕੋਈ ਠੇਕਾ ਨਹੀਂ ਲਿਆਇਆ, ਉਹ ਤੁਹਾਡਾ ਜੋ ਜੀ ਕਰਦਾ ਕਰੋ। ਔਰ ਕੋਈ ਵੀ ਕੈਮਰਾ ਨਹੀਂ? ਅਤੇ ਉਸ ਤੋਂ ਬਾਅਦ ਫਿਰ ਮੈਂ ਕਿਹਾ ਯਾਰ ਤੁਸੀਂ ਕੋਈ, ਤੂੰ ਕਹਿੰਦਾ ਕਹਿੰਦਾ ਤੈਨੂੰ ਬੋਲਣ ਦੀ ਤਮੀਜ਼ ਨਹੀਂ ਹੈ। ਮੈਂ ਕਿਹਾ ਤੂੰ ਦੱਸ ਮੈਂ ਤੈਨੂੰ ਕਿੱਦਾਂ ਬੋਲਾਂ, ਜਿੱਦਾਂ ਤੂੰ ਕਹੇਗਾ ਮੈਂ ਉਦਾਂ ਹੀ ਬੋਲ ਦੂੰਗਾ, ਪਰ ਮੇਰੀ ਜਨਾਨੀ ਦਾ ਪਰਸ ਮੈਨੂੰ ਚਾਹੀਦਾ। ਇਹ ਪਰਸ ਇਮੀਡੀਏਟਲੀ ਨਹੀਂ ਗੁੰਮ ਹੋਇਆ, ਮੈਨੂੰ ਲੱਗਦਾ ਜਿੱਥੋਂ ਤੱਕ ਤੁਹਾਡੇ ਬੰਦਿਆਂ ਨੇ ਹੀ ਇਸ ਘਟਨਾ ਨੂੰ ਜੋ ਵੀ ਇਲਜ਼ਾਮ ਦਿੱਤਾ। ਸਰ ਕਿੰਨਾ ਕੈਸ਼ ਸੀਗਾ ਉਹ, ਕੀ ਸੀਗਾ ਉੱਥੇ? ਉਹਦੇ ਵਿੱਚ ਹੋਣੇ ਆ 10-12 ਲੱਖ ਰੁਪਈਆ ਹੋਣਾ ਆ, ਬਾਕੀ ਸੋਨਾ ਸਾਨਾ ਵੀ ਹੋਣਾ ਆ। ਹੁਣ ਜਿੰਨਾ ਵੀ ਅੱਜ ਲੋਕਾਂ ਨੇ ਦਿੱਤਾ ਹੋਣਾ ਪੈਸਾ, ਉਹ ਵੀ ਉਹਦੇ ਵਿੱਚ ਹੀ ਆ। ਫੋਨ ਆ ਉਹਦੇ ਵਿੱਚ, ਇੱਕ ਫੋਨ ਆ ਜਿਹੜਾ ਅਮਰੀਕਾ ਦਾ ਫੋਨ ਹੈ, ਉਹ ਫੋਨ ਉਹਦੇ ਵਿੱਚ ਹੋਣ ਕਰਕੇ ਉਹਦੀ ਲੋਕੇਸ਼ਨ ਆ ਰਹੀ ਆ ਕਿ ਉਹ ਇੱਥੇ ਹੀ ਆ, ਪਰ ਉਹਦੀ ਲੋਕੇਸ਼ਨ 3-4 ਵਾਰ ਬਦਲ ਗਈ ਆ। ਪਹਿਲਾਂ ਉੱਥੇ ਸੀ, ਫਿਰ ਇੱਥੇ ਚੱਲ ਗਈ, ਫਿਰ ਇੱਧਰ ਚੱਲ ਗਈ ਆ, ਉਹ ਲੋਕੇਸ਼ਨ ਬਦਲੀ ਜਾ ਰਹੀ ਆ। ਤਾਂ ਹੁਣ ਉਹ ਫੋਨ ਵਿੱਚ ਅਜੇ ਵੀ ਦੱਸ ਰਿਹਾ ਕਿ ਲੋਕੇਸ਼ਨ ਇੱਥੇ ਹੈਗੀ ਆ, ਹੈਂ ਉਹ ਲੋਕੇਸ਼ਨ ਇੱਥੇ ਹੀ ਆ, ਕਿਤੇ ਪਤਾ ਨਹੀਂ ਪਰ ਕਿੱਥੇ। ਹਾਂਜੀ ਹਾਂਜੀ, ਪੁਲਿਸ ਆ ਗਈ ਆ, ਪੁਲਿਸ ਇੱਥੇ ਹੀ ਆ, ਦੇਖ ਰਹੇ ਆ, ਕਰ ਰਹੇ ਕਰਨਾ ਜੋ ਵੀ ਉਹਨਾਂ ਨੇ ਕਾਰਵਾਈ ਕਰਨੀ ਕਰ ਰਹੇ। ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਕਿ ਇਸ ਘਟਨਾਵਾਂ ਬਚਾਉਣ ਲਈ ਕੀ ਕਰਨਾ ਚਾਹੀਦਾ? ਮੈਂ ਤਾਂ ਇਹ ਕਹੂੰਗਾ ਵੀ ਤੁਸੀਂ ਇਸ ਪੈਲਸ ਵਿੱਚ ਵਿਆਹ ਕਰਾਉਣ ਨਾ ਆਇਓ, ਮੈਂ ਤਾਂ ਇਹ ਕਹੂੰਗਾ। ਅਸੀਂ 9 ਸਾਲ ਬਾਅਦ ਮੁੜੇ ਹਾਂ, ਪਹਿਲੀ ਸਾਡੀ ਕੁੜੀ ਅਸੀਂ ਵਿਆਹਣ ਲੱਗੇ, ਸਾਨੂੰ ਕਹਿੰਦੇ ਸੀ ਸਭ ਤੋਂ ਵਧੀਆ ਪੈਲਸ ਆਹੀ ਆ। ਅਸੀਂ ਕਿਹਾ ਚਲੋ ਠੀਕ ਆ, ਵਧੀਆ ਪੈਲਸ ਵਿੱਚ ਜਾ ਕੇ ਵਧੀਆ ਤਰੀਕੇ ਨਾਲ ਵਿਆਹ ਕਰਨਾ, ਵਧੀਆ ਤਰੀਕੇ ਨਾਲ ਵਿਆਹ ਕਰਨ ਆਏ ਸੀ ਤਾਂ ਆਹ ਵਧੀਆ ਹੋ ਗਿਆ ਨਾਲ ਹੀ।